नमस्कार दोस्तों, सेंट सोल्स टाइम्स तो मैं हाँ कोमल राज जसी गल करांगे जी ऑल इंडिया रेडियो दे प्रोग्राम बारे। एक प्रोग्राम चलता हुंदा सी देहाती प्रोग्राम, जो कि पिछले 35-36 सालों तो यह प्रोग्राम लगातार चलता रहा। बहुत सारे आर्टिस्ट तुसी उन्हां भी देखे होंगे जिन्होंने अपना एक वखरा नाम कमाया है, जिन्हां विच ठंडू राम तुसी सुने ने जी, रुड़िया राम सुने ने। सो अज असी गल करांगे जी शिंगारा सिंह दी, जिन्हां ने एक अपना ऐसा वखरा नाम बनाया, एक ऐसी वखरी पहचान बनाई है जो कि एक थिएटर दे नाल 28 सालों तो जुड़े हुए ने, रंगकर्मी भी ने और निर्देशक भी ने, प्रितपाल जी। तो आओ फिर असी करदे आं उन्हां दे नाल गलबात। सो प्रितपाल जी, बहुत बहुत सेंट सोल दे टाइम दे विच थोड़ा स्वागत। बिल्कुल, थोड़ा भी स्वागत है जी। ਤੁਸੀਂ ਸਾਨੂੰ ਇੱਥੇ ਬੁਲਾਇਆ, ਸਟੂਡੀਓ ਆਪਣੇ ਵਿੱਚ ਮਾਣ ਬਖਸ਼ਿਆ, ਅਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ, ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਮਾਣ ਬਖਸ਼ਿਆ। ਵੈਸੇ ਤਾਂ ਪ੍ਰਿਤਪਾਲ ਜੀ ਇੱਕ ਬੜੇ ਸੀਨੀਅਰ ਪਰਸਨ ਨੇ, ਪਰ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਕਿਰਦਾਰ ਦੀ, ਉਹਨਾਂ ਦੇ ਰੋਲ ਦੀ, ਸ਼ਿੰਗਾਰਾ ਸਿੰਘ ਦੀ, ਤਾਂ ਅਸੀਂ ਪਹਿਲੇ ਉਹਨਾਂ ਦੇ ਰੋਲ ਬਾਰੇ ਹੀ ਜਾਣਾਂਗੇ ਕਿ ਆਪਣੇ ਉਸ ਰੋਲ ਬਾਰੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ ਪਾਉਣ। ਦੇਖੋ ਜੀ, ਦਿਹਾਤੀ ਪ੍ਰੋਗਰਾਮ ਪਿਛਲੇ 36 ਸਾਲਾਂ ਤੋਂ ਲਗਾਤਾਰ ਨਿਰੰਤਰ ਚੱਲਦਾ ਆ ਰਿਹਾ ਔਰ ਲੋਕਾਂ ਦੀ ਪਸੰਦ ਬਣਿਆ ਹੋਇਆ, ਅਤੇ ਅੱਜ ਵੀ ਲੋਕ ਉਨਾ ਹੀ ਪਿਆਰ ਦਿੰਦੇ ਆ ਜਿੰਨਾ ਕਿ 35-36 ਸਾਲ ਪਹਿਲੇ ਪਿਆਰ ਬਣਿਆ ਹੋਇਆ ਸੀਗਾ। ਅਤੇ ਅੱਜ ਵੀ ਸਾਡੇ ਆਪਣੇ ਨਾਲ ਨਾਲ ਨਹੀਂ ਜਾਣਦੇ, ਸਾਡੇ ਜਿਹੜੇ ਕਰੈਕਟਰ ਆ ਸ਼ਿੰਗਾਰਾ ਸਿੰਘ ਦੇ ਨਾਲ ਨਾਲ ਲੋਕ ਜਾਣਦੇ ਆ, ਪਛਾਣਦੇ ਆ, ਲੋਕ ਕਾਲ ਕਰਦੇ ਸਾਨੂੰ। ਸੋ ਉਸ ਕਰੈਕਟਰ ਦੀ ਵਜ੍ਹਾ ਨਾਲ ਹੀ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ, ਅਤੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਅਸੀਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਬਖਸ਼ਿਆ, ਮਾਣ ਬਖਸ਼ਿਆ। ਅਤੇ ਕਰੈਕਟਰ ਸਾਡਾ, ਅਸੀਂ ਦੇਖੋ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਕਿਸਾਨ ਵੀਰ ਆ ਉਹਨਾਂ ਲਈ ਅਸੀਂ ਵੱਖ ਵੱਖ ਜਿਹੜੇ ਖੇਤੀ ਮਾਰ ਆ ਉਹਨਾਂ ਨਾਲ ਇਹਨਾਂ ਦੀ ਗੱਲਾਂ ਬਾਤਾਂ ਵੀ ਕਰਾਈਦੀਆਂ ਆ, ਉਹਨਾਂ ਨੂੰ ਜਾਣਕਾਰੀ ਵੀ ਦੇਈਦੀਆਂ ਆ, ਅਤੇ ਨਾਲ ਨਾਲ ਅਸੀਂ ਸਮਾਜਿਕ ਗੱਲਾਂ ਬਾਤਾਂ ਵੀ ਕਰੀਦੀਆਂ ਆ ਜੋ ਸਮਾਜ ਨੂੰ ਸੇਧ ਦਿੰਦੀਆਂ। ਸੋ ਸ਼ਿੰਗਾਰਾ ਸਿੰਘ ਦਾ ਕਰੈਕਟਰ ਇੱਕ ਇਹੋ ਜਿਹਾ ਆ ਜੋ ਹਾਸਰਸ ਵੀ ਆ ਅਤੇ ਨਾਲ ਨਾਲ ਜਾਣਕਾਰੀਆਂ ਦੇਣ ਵਾਲਾ ਭਰਪੂਰ ਇੱਕ ਕਿਰਦਾਰ ਵੀ ਆ। ਅਤੇ ਬਾਕੀ ਆ ਗਈ, ਬਾਕੀ ਤੁਹਾਡਾ ਮੁਹੱਬਤ ਆ, ਪਿਆਰ ਆ, ਅਤੇ ਜਿਹਨਾਂ ਸਦਕੇ ਅਸੀਂ ਇਹ ਕਰੈਕਟਰ ਨੂੰ ਬਖੂਬੀ ਨਿਭਾ ਲਈਦਾ ਹੈ। ਕਹਿੰਦੇ ਨੇ ਹਰ ਕਲਾਕਾਰ ਆਪਣੀ ਮਤਲਬ ਕਲਾ ਦੇ ਵਿੱਚ ਭਰਪੂਰ ਹੁੰਦਾ ਹੈ, ਕਿਸੇ ਦਾ ਕੋਈ ਮਤਲਬ ਸੈਡ ਰੋਲ ਹੁੰਦਾ ਹੈ ਜਾਂ ਉਦਾਸੀ ਵਾਲੇ ਰੋਲ ਕਰਦਾ ਹੈ ਜਾਂ ਉਹ ਹਾਸਰਸ ਕਲਾਕਾਰ ਹੁੰਦਾ ਹੈ, ਅਤੇ ਹਾਸਰਸ ਕਲਾਕਾਰ ਨੂੰ ਹਰ ਕੋਈ ਪਸੰਦ ਕਰਦਾ ਹੈ, ਹਰ ਕੋਈ ਹੱਸਣਾ ਚਾਹੁੰਦਾ ਹੈ। ਇਸ ਦੇ ਸਮੇਂ ਵਿੱਚ, ਅੱਜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਡਿਪਰੈਸ਼ਨ ਵਿੱਚ ਹੈ, ਦੁਖੀ ਹੈ, ਪਰ ਉਹ ਵੀ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਮੈਨੂੰ ਹੱਸੀ ਦੇ ਪਲ ਮਿਲ ਜਾਣ, ਅਤੇ ਹੱਸੀ ਦੇ ਪਲ ਅੱਜ ਇਸ ਸੈਂਟ ਸੋਲ ਦੇ ਟਾਈਮ ਦੇ ਵਿੱਚ ਜ਼ਰੂਰ ਦਿਖਾਵਾਂਗੇ। ਆਓ ਫਿਰ ਹੱਸਦੇ ਹਾਂ ਅਤੇ ਕਰਦੇ ਹਾਂ ਗੱਲਬਾਤ ਉਹਨਾਂ ਦੇ ਉਸ ਪਲ ਦੀ, ਸ਼ਿੰਗਾਰਾ ਸਿੰਘ ਦੇ ਡਾਇਲੋਗ ਦੀ। ਸ਼ਿੰਗਾਰਾ ਸਿੰਘ ਦਾ ਡਾਇਲੋਗ, ਜਦੋਂ ਸਾਡੀ ਐਂਟਰੀ ਹੁੰਦੀ ਆ ਉਦੋਂ ਅਸੀਂ ਪਹਿਲੇ ਤਾਂ ਜਿਹੜੇ ਸਾਡੇ ਬੈਠਕ ਦੇ ਵਿੱਚ ਹਿੱਸਾ ਲੈ ਰਹੇ ਹੁੰਦੇ ਆ ਉਹਨਾਂ ਨੂੰ ਇਹ ਸੰਬੋਧਨ ਕਰੀਦਾ, ਇੱਕ ਉਸ ਆਵਾਜ਼ ਦੇ ਵਿੱਚ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਦੱਸ ਦੇਵਾਂ। ਹਾਂਜੀ, ਰੁਲੀਆ ਰਾਮ ਜੀ ਲੰਘ ਆਈਏ, ਆ ਗਏ ਜੀ, ਆ ਗਏ ਜੀ, ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ। ਹੋਰ ਸੁਣਾਓ, ਕਿਵੇਂ ਹਾਲੇ ਚੱਲੇ ਆ, ਤਕੜੇ ਆ? ਚਲੋ ਸ਼ੁਕਰ ਆ, ਤਕੜਾ ਹੀ ਚਾਹੀਦਾ। ਸੋ ਇਸ ਕਰੈਕਟਰ ਦੇ ਨਾਲ ਸਾਡੇ ਜਿਹੜੇ ਆਵਾਜ਼ ਹੀ ਮਾਰਦੇ ਹਾਂ ਪਤਾ ਲੱਗ ਜਾਂਦਾ ਸ਼ਿੰਗਾਰਾ ਸਿੰਘ ਐਂਟਰ ਹੋ ਗਿਆ ਜੀ। ਅਸਲ 'ਚ ਇਹ ਹੈ ਕਿ ਕੁਛ ਪੁਰਾਣੀਆਂ ਗੱਲਾਂ ਅਤੇ ਪੁਰਾਣੇ ਸਮੇਂ ਦੀਆਂ ਗੱਲਾਂ ਅੱਜ ਸੇਂਟ ਸੋਲ ਦੇ ਟਾਈਮਸ ਦੇ ਵਿੱਚ ਹੋਣਗੀਆਂ, ਸ਼ਿੰਗਾਰਾ ਸਿੰਘ ਦੀਆਂ ਗੱਲਾਂ। ਸੋ ਪ੍ਰਿਤਪਾਲ, ਬਹੁਤ ਸਮੇਂ ਤੋਂ ਥੀਏਟਰ ਆਰਟਿਸਟ ਵੀ ਨੇ ਔਰ ਖੁਦ ਨਿਰਦੇਸ਼ਕ ਵੀ ਨੇ ਔਰ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਰਾਹ ਵੀ ਵਿਖਾਉਂਦੇ ਨੇ, ਸਿਖਾਉਂਦੇ ਨੇ ਕਿ ਕਿਵੇਂ ਕਲਾ ਕਰਨੀ ਹੈ, ਕਿਵੇਂ ਉਹਨਾਂ ਨੇ ਥੀਏਟਰ ਦੇ ਲਾਈਨ ਦੇ ਨਾਲ ਜੁੜੇ ਰਹਿਣਾ ਹੈ ਅਤੇ ਕਿਵੇਂ ਆਪਣਾ ਫਿਊਚਰ ਬ੍ਰਾਈਟ ਕਰਨਾ ਹੈ। ਸੋ ਕੀ ਰੀਜ਼ਨ ਹੈ ਕਿ ਥੀਏਟਰ ਹੁਣ ਦੇ ਸਮੇਂ ਵਿੱਚ ਔਰ ਪਹਿਲਾਂ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਛਾਪ ਛੱਡੀ ਸੀ ਅਤੇ ਹੁਣ ਥੋੜ੍ਹਾ ਥੋੜ੍ਹਾ ਇਹ ਵਿਰਸਾ ਅਲੋਪ ਹੋ ਰਿਹਾ? ਦੇਖੋ ਜੀ, ਗੱਲ ਹੈ ਕਿ ਇੱਦਾਂ ਵੀ ਥੀਏਟਰ ਕਦੀ ਅਲੋਪ ਨਹੀਂ ਹੋ ਸਕਦਾ। ਹਾਂ, ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਮਾਰ ਜ਼ਰੂਰ ਮਾਰੀ ਆ, ਢਾਹ ਜ਼ਰੂਰ ਲਾਈ ਆ, ਜਿਹਦੇ ਕਰਕੇ ਅਸੀਂ, ਸਾਨੂੰ ਇਹ ਲੱਗਦਾ ਵੀ ਥੀਏਟਰ ਕਿਤੇ ਵਿਸਰ ਗਿਆ ਆ ਜਾਂ ਗੁਆਚ ਗਿਆ ਆ, ਅਲੋਪ ਹੁੰਦਾ ਜਾ ਰਿਹਾ। ਬਾਕੀ ਜਿੱਥੋਂ ਤੱਕ ਗੱਲ ਕਰੀਏ ਪੰਜਾਬੀ ਰੰਗਮੰਚ ਦੀ, ਪੰਜਾਬੀ ਰੰਗਮੰਚ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਨੌਰਾ ਰਿਚਰਡ ਜਿਹੜੀ ਲੇਡੀ ਹੋਈ ਆ ਉਹਦੀ ਪ੍ਰੇਰਣਾ ਸਦਕਾ ਈਸ਼ਵਰ ਚੰਦਰ ਨੰਦਾ, ਜਿਨ੍ਹਾਂ ਨੇ ਪਹਿਲਾ ਨਾਟਕ ਦੁਲਹਨ 1914 ਵਿੱਚ ਲਿਖਿਆ ਔਰ ਇੰਨਾ ਕੁ ਮਕਬੂਲ ਹੋਇਆ ਅਤੇ ਪੰਜਾਬੀ ਰੰਗਮੰਚ ਦਾ ਉਦੋਂ ਤੋਂ ਮੁੱਢ ਵੱਜਾ। ਅੱਜ ਵੀ ਲੋਕ ਉਸ ਜਗ੍ਹਾ ਦੇ ਉੱਤੇ ਅੰਧਰੇਟੇ ਆ, ਹਿਮਾਚਲ ਦੇ ਵਿੱਚ ਲੋਕ ਉੱਥੇ ਜਾਂਦੇ ਆ, ਪੰਜਾਬੀ ਯੂਨੀਵਰਸਿਟੀ ਦੇ ਅੰਡਰ ਉਹ ਜਿਹੜੀ ਜਗ੍ਹਾ ਆ ਆਉਂਦੀ ਆ, ਲੋਕ ਮਾਣ ਮਹਿਸੂਸ ਕਰਦੇ ਉੱਥੇ ਜਾ ਕੇ ਵੀ ਅਸੀਂ ਉੱਥੇ ਰੰਗਮੰਚ ਕਰੀਏ ਜਾ ਕੇ, ਬੜਾ ਦਿਲ ਲੱਗਦਾ, ਬੜਾ ਮਨਮੋਹਕ ਨਜ਼ਾਰਾ ਉੱਥੇ। ਸਾਨੂੰ ਹਜੇ ਤੱਕ ਮੌਕਾ ਹੀ ਨਹੀਂ ਮਿਲਿਆ,
गल उही गल करते साडा कदे विरसा साडा रंगमंच अलोप हुंदा जा रहा अलोप नहीं हुंदा जा रहा साडे कोई समाजिक रीति रिवाज बदल गए आ समय दी सरकारां ने साडी बाह नहीं फड़ी सो जिन्नी देर तक समय दी सरकारां साडी बाह नहीं फड़दियां असी रंगमंच नूं अगे तक नहीं लिजा सकते जदों रंगमंच बुलंदियां ते पहुँचेगा वह सरकार की मदद नाल ही पहुँचेगा एक अदारा हुंदा सीगा डी पी आर ओ दफ्तर आपां कहिंदे पब्लिक रिलेशन ऑफिस इत्थे एक वैकेंसी निकलदी हुंदी सी कलाकारां लई समय दी सरकारां ने वह भी बंद कर दित्तियां ते कलाकारां नूं हुण बी ए परफॉर्मिंग आर्ट तां कहते भी तुसीं करिया करो फिर साडा स्कोप है एम ए थिएटर कर लो एम ए थिएटर तो बाद एन एस डी तो बाद फिल्म स्टूडियो पुणे आ इन्ना कुछ करन दे बाद भी स्कोप कुछ नहीं आ कित्थे जाइए सरकारी ना तो इन कोटा आ ना इहदा कोई स्कोप दिता सानू अगे तो बच्चे जिहड़े आ स्टूडेंट आ कलाकार कित्थे जावे इन्नी पढ़ाई करके भी उहनू को स्कोप दिता नहीं जे सरकारां साडी बांह फड़दियां इहनू कुत्ता मुखी बनाउंदियां तो अज की डेट के जो रंगमंच आ वह प्रफुल्लत तो छोड़ो तुसीं असमाना ही शू शो आ वह प्राप्त कर लेगा सो साडी बेनती आ सरकारां नूं भी समा हैगा आ समय सिर बांह फड़ लो क्योंकि साडे माणयोग मुख्यमंत्री भगवंत सिंह मान जी ये भी एक कलाकार ने जे यही नहीं साडे कलाकारां दी इमोशन साडे फीलिंग नहीं समझते तो मैं लगता नहीं कोई अगला कोई या सूबे का कोई प्रधान अपना मुख्यमंत्री आएगा साडी बांह फड़ेगा क्योंकि हुण ही मौका आ जिहड़े साडे इहो जिहे सुलझे हुए भगवंत सिंह मान जी साडे कलाकार वजो साडे नाल जुड़े हुए पंजाब की मिट्टी नाल जुड़े हुए आ पंजाब के कलाकारां नाल जुड़े हुए आ खुद कलाकार ने जे हुण ना बांह फड़ेगी तो कदे भी नहीं फड़ी जाणी सो खैर कहिंदे हुंदे ने भी इह तां सी साडे थिएटर की गल साडे पंजाबी विरसे की गल पंजाबी कल्चर की गल पर हुण असीं गल करांगे पहले वाले टॉपिक ते मुड़दे आ क्योंकि कहिंदे ने हसदियां दे घर वसदे रोंदियां दे खाने खराब ते थोड़ा थोड़ा हसना चाहीदा जनाब ते आओ फिर हसीए असीं शिंगारा सिंह दे उसे किरदार की गल करदे आ कि उहनां ने इह किरदार इन्ने साल तो निभाया है की चेंज आया है ते किन्ने किन्ने डायलॉग उहनां दे हुंदे सी ते किद्दां लोक हसदे सी देखो गल हासे की गल करिए शिंगारा सिंह का करैक्टर एक शिंगार रस नाल जुड़िया होया ते जो सानू जिहड़े साडे लिसनर आ कॉल करदे आ ते उदों गल्लां पता चल पैंदियां आ कई हासे वाली गल्लां भी हुंदियां कोई परिवारिक गल्लां भी हुंदियां कोई समाजिक गल्लां भी हुंदियां पर्टिकुलर साडा जिहड़ा मेरा प्रोग्राम आ हासे दा प्रोग्राम नहीं हैगा बेसिकली असीं नॉलेज देईदी आ खेती मार साडे कोल आउंदे आ साडे कोल हरेक तरीके दे हरेक कलाकार भी आउंदे आ सो उहनां नाल गल्लां बातां भी हुंदियां समाजिक भी आउंदे आ पोलीटिकल भी आते हैं उन्होंने गल्बात भी होंदिया उदो हासा मजाक उन्होंने चलता जोड़ा आदेश लोग जोड़े आन्वॉल्व हो जाते हैं तो उन्होंने लगता भी अं हास रस कलाकार हैं बेसिकली अं गलबात नॉर्मल तरीके कर रहे होंगे तो असल जिदा असं किसानी की गल करिए तो किसान हमेशा इदा ही बोलते हैं हाँ जी करें ही हो अज फलाने फलाने खेतों में पानी नहीं लग्या ना शिंगारा सिंह जी तुम पहुंचे नहीं तो ये गल्लां एक नॉर्मली तौर पर गल करते हैं पर जो कोई गल ये आप टिप्पणी वाइज करते हैं ठेठ पंजाबी सभ्याचार की गल करते हैं तो वह गल दे विच अपने आप ही हासा निकल जाता है नहीं देखो आ मुहांदरे जिहड़ी चीज़ां तुसीं गल करते पए आपां कोई गल छेड़ लई इहो जी तो हासा आना सुभाविक ही आ तो कई बार लोग समझ लेंदे आ कोई हासरस कलाकार आ जां कर इहो जिहे गल्लां करदे आ सो इहो जिहे मूड़ आ जांदे आ इहो जिहे ਸਾਡੇ ਜਿਹੜੇ ਮੁਕਾਮ ਆ ਜਾਂਦੇ ਆ ਜ਼ਿੰਦਗੀ ਦੇ ਵਿੱਚ ਅਤੇ ਸਾਡਾ ਜਿਹੜੀ ਛਾਪ ਆ ਹਾਸ ਰਸ ਕਲਾਕਾਰ ਦੀ ਲੱਗ ਜਾਂਦੀ ਆ ਬੇਸਿਕਲੀ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਹਾਸਿਆਂ ਦਾ ਨਹੀਂ ਆ ਨੌਲੇਜ ਦਾ ਪ੍ਰੋਗਰਾਮ ਆ ਕਿਸਾਨੀ ਧੰਦਿਆਂ ਨਾਲ ਕਿੱਤੇ ਨਾਲ ਸਾਡਾ ਜਿਹੜਾ ਸੰਬੰਧ ਆ ਪਿੰਡਾਂ ਨਾਲ ਜੁੜੇ ਹੋਏ ਲੋਕ ਆ ਅਤੇ ਪਿੰਡਾਂ ਦੀਆਂ ਗੱਲਾਂ ਕਰਦੇ ਹਾਂ ਅਤੇ ਇਸ ਕਰਕੇ ਕਈ ਵਾਰੀ ਸਾਡੀ ਆਵਾਜ਼ ਉਹੋ ਜਿਹੀ ਬਣ ਜਾਂਦੀ ਆ सो जे मैं गल करा पिंडा दे लोगां दी पिंडा दे लोगां दे नाल अज भी असी पंजाबी दा कोई भी टॉपिक छेड़ लिए ते प्यार मुहब्बत उह बणिया रहिंदा है प्यार बड़ा ही गूढ़ा पिंडा दे लोगां दे नाल क्योंकि उह पंजाबीयत नूं प्यार करदे ने पंजाबी आवाम नूं प्यार करदे ने सो असी गल करांगे 35-36 साल हो गए इहनां दा इह प्रोग्राम चलदिआं की चेंजस आए ने हाँ देखो चेंजस बहुत आए ने पहले लोग देखो रवायती खेती करदे हुंदे सीगे अजकल मॉडर्न खेती वल रुझान आ गया अगे किता जिहड़ा खेतीबाड़ी दा सी लाहेवंद नहीं सी अजकल जिहड़ी तकनीक आ गई नवें नवें साधन आ गए नवें नवें यूनिवर्सिटियां माहर आ गए आ समय समय सिर सानू गाइड लाइन दिंदे आ भई आह फसल बीजनी आ नहीं बीजनी आ अगेती खेती करनी आ पिछेती खेती करनी आ ते की लाभ आ
ਤੇ ਕੀ ਕਿਥੇ ਨੁਕਸਾਨ ਆ ਕਿਹੜਾ ਬੀਜ ਇਸਤੇਮਾਲ ਕਰਨਾ ਇਸ ਕਰਕੇ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਖੇਤੀ ਧੰਦਾ ਵੀ ਚੇਂਜ ਹੋ ਗਿਆ ਆ ਤੇ ਉਹ ਲੋਕ ਜਿਹੜੇ ਆ ਹੁਣ ਕਹਿ ਲਓ ਪਰਵਾਇਤਾਂ ਨੂੰ ਛੱਡ ਕੇ ਆਧੁਨਿਕ ਧੰਦੇ ਅਪਣਾਉਣ ਲੱਗ ਗਏ ਉਹਨਾਂ ਵਿੱਚ ਚਾਹੇ ਗੱਲ ਕਰੀਏ ਅਸੀਂ ਸੁਹਾਣੀਆਂ ਦੀ ਆਪਣੀ ਘਰੇਲੂ ਔਰਤਾਂ ਦੀ ਜਿੱਥੋਂ ਗੱਲ ਕਰਦੇ ਆ ਵੀ ਅਚਾਰ ਦੇ ਮੁਰੱਬੇ ਬਣਾਉਣਾ ਕਿਹੋ ਜਿਹੇ ਪਾਪੜ ਬਣਾਉਣਾ ਆ ਮੱਛੀ ਪਾਲਣ ਦਾ ਹੈਗਾ ਕੰਮ ਧੰਦਾ ਆ ਸ਼ਹਿਦ ਮੱਖੀਆਂ ਪਾਲਣ ਦਾ ਕੰਮ ਧੰਦਾ ਹੈਗਾ ਸੋ ਸਾਰੇ ਇਹੋ ਜਿਹੇ ਜਿਹੜੇ ਕਿੱਤੇ ਆ ਉਹ ਪਿੰਡਾਂ ਵਿੱਚ ਆਧੁਨਿਕੀਕਰਨ ਦਾ ਲੈ ਚੁੱਕੇ ਆ ਅਤੇ ਸਾਡੀ ਜਿਹੜੀ ਖੇਤੀ ਆ ਹੁਣ ਲਾਹੇਵੰਦ ਹੋ ਗਈ ਨਾ ਕਿ ਨੁਕਸਾਨਦੇਹ ਹੋ ਗਈ ਰਵਾਇਤੀ ਖੇਤੀ ਥੋੜ੍ਹਾ ਹੱਟ ਕੇ ਅਸੀਂ ਮਾਡਰਨ ਖੇਤੀ ਵੱਲ ਆਧੁਨਿਕ ਜਿਹੜੀ ਆਧੁਨਿਕ ਖੇਤੀ ਜਿਹੜੀ ਆ ਉਹਦੇ ਵੱਲ ਸਾਡਾ ਰੁਝਾਨ ਵਧਿਆ ਆ ਅਤੇ ਸੋ ਇਸ ਕਰਕੇ ਸਮੇਂ ਦੇ ਨਾਲ ਨਾਲ ਚੇਂਜਸ ਆਉਣੀਆਂ ਬਹੁਤ ਹੀ ਲਾਜ਼ਮੀ ਸੀਗੀਆਂ ਜੋ ਆਈਆਂ ਵੀ ਆ ਤੁਸੀਂ ਕਿਸ ਤਰ੍ਹਾਂ ਗਾਈਡ ਕਰਦੇ ਹੋ ਕਿਸ ਤਰ੍ਹਾਂ ਗਾਈਡੈਂਸ ਦਿੰਦੇ ਹੋ ਲੋਕਾਂ ਨੂੰ ਔਰ ਪਹਿਲੇ ਤੁਸੀਂ ਇਹੀ ਦੱਸੋ ਵੀ ਕਿਹੜੀ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ ਜੋ ਉਹ ਹਰ ਇੱਕ ਗੱਲ ਨੂੰ ਫੋਲੋ ਕਰਦੇ ਨੇ ਹਾਂ ਦੇਖੋ ਸਾਡੇ ਕੋਲ ਮਾਹਰ ਵੀ ਆਉਂਦੇ ਆ ਖੇਤੀਬਾੜੀ ਵਿਸ਼ੇਸ਼ ਅੱਗੇ ਆਉਂਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰੀਦੀ ਆ ਅਤੇ ਉਹਨਾਂ ਦਾ ਰਾਬਤਾ ਅਸੀਂ ਲੋਕਾਂ ਨਾਲ ਵੀ ਕਰਾਈਦਾ ਆ ਜੋ ਸਹੀ ਜਾਣਕਾਰੀ ਦਿੰਦੇ ਆ ਉਹਨਾਂ ਨੂੰ ਸਮੇਂ ਸਮੇਂ ਸਿਰ ਵੀ ਜਿਹੜੇ ਜੂਨ ਮਹੀਨੇ ਕਿਹੜੀ ਫਸਲ ਲਾਉਣੀ ਆ ਜਾਂ ਸਾਡੇ ਮੱਧ ਅਕਤੂਬਰ ਦੇ ਵਿੱਚ ਕਿਹੜੀ ਲਾਉਣੀ ਆ ਜਾਂ ਜਨਵਰੀ 'ਚ ਕਿਹੜੀ ਕਿਹੜੀ ਫਸਲਾਂ ਸਾਨੂੰ ਲਾ ਸਕਦੇ ਜਾਂ ਇਹਨਾਂ ਦਾ ਕੀ ਫਾਇਦਾ ਆ ਕਿੰਨੀ ਵਾਰੀ ਪਾਣੀ ਦੇਣਾ ਕਿਹੜੀ ਕਿਹੜੀ ਖਾਦ ਪਾਉਣੀ ਆ ਕਿੰਨੀ ਕਿੰਨੀ ਪਾਉਣੀ ਆ ਸੋ ਸਾਰੀਆਂ ਜਿਹੜੀਆਂ ਟੈਕਨੀਕਸ ਨਾਲ ਨਾਲ ਅਸੀਂ ਇਹਨਾਂ ਨੂੰ ਸਾਰਾ ਕੁਛ ਨਾਲੋ ਨਾਲ ਦੱਸੀਦਾ ਆ ਜਿਹਦੇ ਕਰਕੇ ਲੋਕ ਇੱਕ ਸਾਡੀ ਜਿਹੜੀ ਬੋਲੀ ਆ ਉਹ ਇਸ ਪ੍ਰੋਗਰਾਮ ਦੀ ਠੇਠ ਪੰਜਾਬੀ ਬੋਲੀ ਆ ਪਿੰਡਾਂ ਦੇ ਲੋਕ ਜੁੜੇ ਆ ਔਰ ਛੇਤੀ ਸਮਝਦੇ ਆ ਇਸ ਗੱਲ ਨੂੰ ਅਸੀਂ ਕੋਈ ਉਹਨਾਂ ਨੂੰ ਘੁਮਾ ਫਿਰਾ ਕੇ ਗੱਲਾਂ ਨਹੀਂ ਕਰੀਦੀਆਂ ਅਸੀਂ ਸਿੱਧੀ ਸਾਫ ਸੁਥਰੀ ਗੱਲ ਕਰੀਦੀ ਆ ਵੀ ਇੰਨੀ ਖਾਦ ਨਹੀਂ ਪਾਉਣੀ ਇੰਨੀ ਕੀ ਪਾਉਣੀ ਆ ਠੀਕ ਨਹੀਂ ਅੱਗੇ ਤੁਸੀਂ ਬੋਰਾ ਇੱਕ ਪਾਉਣਾ ਸੀ ਹੁਣ ਅੱਧਾ ਬੋਰਾ ਪਾਉਣਾ ਅਤੇ ਆਮ ਭਾਸ਼ਾ 'ਚ ਗੱਲ ਕਰੀ ਸਮਝ ਜਾਂਦੇ ਆ ਪਿਆਰ ਬਣਿਆ ਲੋਕਾਂ ਨਾਲ ਤੋ ਸੋ ਲੋਕ ਪਿਆਰ ਕਰਦੇ ਨਾਲ ਨਾਲ ਤਕਨੀਕ ਸਾਰੀ ਦੱਸੀ ਦੀ ਉਹਨਾਂ ਨੂੰ ਇਹ ਤਾਂ ਬਹੁਤ ਸੋਹਣੀ ਗੱਲ ਹੈ ਜੇ ਅਸੀਂ ਗੱਲ ਕਰੀਏ ਸਿਰਫ ਪਿੰਡ ਉਧਾਰੇ ਦੀ ਤਾਂ ਪਿੰਡ ਦੇ ਵਿੱਚ ਮੈਂ ਕਹਿੰਦੀ ਹਾਂ ਸ਼ਹਿਰ ਨਾਲੋਂ ਜ਼ਿਆਦਾ ਤਰੱਕੀ ਹੋ ਗਈ ਕਿਸੇ ਵੀ ਪਿੰਡ 'ਚ ਜਾਓ ਹਰ ਜਗ੍ਹਾ ਸਾਫ਼ ਸਫਾਈ ਹੈ ਹਰ ਜਗ੍ਹਾ ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਹੈ ਕਿੰਨੀ ਮਾਤਰਾ 'ਚ ਕਿਹੜੀ ਸੀ ਗੱਲ ਕਰਨੀ ਔਰ ਕਿੰਨੀ ਮਾਤਰਾ 'ਚ ਕਿਹੜੀ ਸੀ ਕੁਆਂਟਿਟੀ ਦੇ ਨਾਲ ਆਪਣੇ ਕਿੱਤੇ ਨੂੰ ਵਧਾਉਣਾ ਹੈ ਜੇ ਮੈਂ ਕਿੱਤੇ ਦੀ ਗੱਲ ਕਰਾਂ ਹੁਣ ਦੇ ਪੇਂਡੂ ਵਿਰਸੇ ਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਸਾਰੇ ਐਸੇ ਕਿਸਾਨ ਨੇ ਜੋ ਕਹਿੰਦੇ ਨੇ ਕਿ ਅਸੀਂ ਕਿਸਾਨੀ ਨਹੀਂ ਕਰਨੀ ਅਸੀਂ ਖੇਤੀਬਾੜੀ ਨਹੀਂ ਕਰਨੀ ਅਸੀਂ ਫੌਰਨ ਚਲੇ ਜਾਣਾ ਕੀ ਵਜ੍ਹਾ ਹੈ ਦੇਖੋ ਗੱਲ ਫਿਰ ਘੁੰਮ ਘੁੰਮਾ ਕੇ ਉੱਥੇ ਸਰਕਾਰਾਂ ਦੀ ਆ ਜਾਂਦੀ ਆ ਜੇ ਸਰਕਾਰਾਂ ਸਾਡੀਆਂ ਬਾਹਾਂ ਫੜ ਲੈਣ ਸਾਡੇ ਕੋਲ ਇਹੋ ਜਿਹੇ ਯੂਨੀਵਰਸਿਟੀਆਂ ਤਾਂ ਖੋਲ੍ਹ ਦਿੱਤੀਆਂ ਆ ਪਰ ਸਾਨੂੰ ਸਹੂਲਤਾਂ ਤੋਂ ਕਈ ਵਾਰੀ ਸਾਨੂੰ ਵਾਂਝੇ ਰਹਿਣਾ ਪੈਂਦਾ ਆ ਜਾਂ ਸਾਡੇ ਕੋਲ ਅਵੇਅਰਨੈਸ ਹੈ ਨਹੀਂ ਜਾਂ ਅਵੇਅਰਨੈਸ ਲਈ ਸਰਕਾਰਾਂ ਇਹੋ ਜਿਹੇ ਕਦਮ ਚੱਕਦੀਆਂ ਹੀ ਨਹੀਂ ਜਿਹੜਾ ਘਰ ਘਰ ਪਹੁੰਚਣ ਅਵੇਅਰਨੈਸ ਬਹੁਤ ਜ਼ਰੂਰੀ ਆ ਹੁਣ ਗੱਲ ਕਰਦੇ ਹਾਂ ਤੁਸੀਂ ਫੋਰਨ ਜਾਣ ਦਾ ਰੁਝਾਨ ਬਣਿਆ ਲੋਕਾਂ ਦਾ ਫੋਰਨ ਜਾਣ ਦਾ ਰੁਝਾਨ ਇਹ ਬਣ ਗਿਆ ਅੱਜ ਕੱਲ੍ਹ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਕੋਲ ਕੰਮ ਧੰਦਾ ਹੈ ਨਹੀਂ ਕੰਮ ਧੰਦਾ ਲੈਣ ਲਈ ਬੜੀਆਂ ਮੁਸ਼ਕਤਾਂ ਕਰਨੀਆਂ ਪੈਂਦੀਆਂ ਮਿਹਨਤ ਕਰਨੀ ਪੈਂਦੀ ਆ ਪਰ ਜਿੱਥੇ 10,000 ਵੈਕੈਂਸੀ ਨਿਕਲਦੀ ਆ ਉੱਥੇ 10 ਲੱਖ ਬੰਦਾ ਆ ਜਾਂਦਾ 10 ਲੱਖ ਤੋਂ ਵੀ ਜ਼ਿਆਦਾ ਆ ਜਾਂਦਾ ਤੋ ਕੰਪੀਟੀਸ਼ਨ ਜ਼ਿਆਦਾ ਵੱਧ ਗਿਆ ਨੌਕਰੀਆਂ ਰਹੀਆਂ ਨਹੀਂ ਅਤੇ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਚਾਹੁੰਦਾ ਵੀ ਮੈਂ ਅੱਗੇ ਵਧਾਂ ਚਾਹੇ ਕੈਨੇਡਾ 'ਚ ਜਾ ਕੇ ਵਧਾਂ ਚਾਹੇ ਮੈਂ ਇੰਡੀਆ 'ਚ ਜੇ ਜਿੱਥੇ ਉਹਨੂੰ ਸਕੋਪ ਲੱਗਦਾ ਆ ਉਹਨਾਂ ਨੂੰ ਬਾਹਰ ਸਕੋਪ ਲੱਗਦਾ ਤਾਂ ਬਾਹਰ ਭੱਜਦੇ ਆ ਜੇ ਇਹ ਸਾਡੀਆਂ ਸਰਕਾਰਾਂ ਸਕੋਪ ਸਾਡੇ ਇੱਥੇ ਪੈਦਾ ਕਰ ਦੇਣ ਤਾਂ ਮੇਰਾ ਖਿਆਲ ਨਹੀਂ ਕੋਈ ਨੌਜਵਾਨ ਇੱਥੋਂ ਪੰਜਾਬ ਤੋਂ ਜਾਊਗਾ ਕਿਹੜਾ ਆਪਣੀ ਮਿੱਟੀ ਦਾ ਜਿਹੜਾ ਮੋਹ ਆ ਉਹ ਨਹੀਂ ਛੁੱਟਦਾ ਚਾਹੇ ਅਸੀਂ ਕੈਨੇਡਾ 'ਚ ਜਾਈਏ ਚਾਹੇ ਕਦੇ ਅਮੈਰੀਕਾ ਚਲ ਜਾਈਏ ਜਾਂ ਅਦਰ ਦੇਸ਼ 'ਚ ਚਲ ਜਾਈਏ ਸਾਡਾ ਮੋਹ ਨਹੀਂ ਟੁੱਟਦਾ ਪਰ ਮਜਬੂਰਨ ਬਸ ਸਾਨੂੰ ਸਾਡਾ ਦੇਸ਼ ਸਾਡਾ ਪੰਜਾਬ ਛੱਡਣਾ ਪੈ ਰਿਹਾ ਕਿਉਂਕਿ ਸਰਕਾਰਾਂ ਸਾਡੀ ਬਾਂਹ ਨਹੀਂ ਫੜਦੀਆਂ ਜੇ ਸਰਕਾਰਾਂ ਸਾਡੀਆਂ ਬਾਂਹ ਸਮੇਂ ਸਿਰ ਫੜਨ ਸਾਨੂੰ ਲੋੜ ਹੀ ਕੀ ਜਾਣ ਦੀ ਸੋ ਗੱਲਾਂ ਬਾਤਾਂ ਹੈਗੀਆਂ ਵੀ ਸਾਡਾ ਵਿਰਸਾ ਸਾਡਾ ਖੇਤੀਬਾੜੀ ਧੰਦਾ ਸਾਡੇ ਕਿੱਤੇ ਆ ਜਿਹੜੇ ਆ ਸਾਡੀ ਨੌਜਵਾਨੀ ਆ ਉਹ ਬੇਮੁੱਖ ਹੋ ਰਹੀ ਆ ਸਾਡੇ ਦੇਸ਼ ਤੋਂ ਸਾਡੇ ਪੰਜਾਬ ਤੋਂ ਇਹੀ ਕਾਰਨ ਆ ਸਾਡੀ ਬੇਰੁਜ਼ਗਾਰੀ ਵੀ ਵੱਧ ਰਹੀ ਆ ਮੇਨ ਮੁੱਦਾ ਇਹੋ ਹੀ ਆ ਬੇਰੁਜ਼ਗਾਰੀ ਦਾ ਜੇ ਸਰਕਾਰਾਂ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਕੋਈ ਇਹੋ ਜਿਹੀ ਇੰਡਸਟਰੀ ਪੰਜਾਬ 'ਚ ਲੈ ਕੇ ਆਵੇ ਇਹੋ ਜਿਹੇ ਕੋਈ ਕਿਤੇ ਲੈ ਕੇ ਆਵੇ ਤਾਂ ਸਾਡਾ ਨੌਜਵਾਨ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਤੋਂ ਬਾਹਰ ਜਾਏਗਾ ਸੋ ਕਿਸੇ ਨੇ ਬੜਾ ਖੂਬ ਲਿਖਿਆ ਕਹਿੰਦੇ ਨੇ ਚਾਹੇ ਕਹੋ ਗੁੱਡ ਮਾਰਨਿੰਗ ਚਾਹੇ ਕਹੋ ਗੁੱਡ ਈਵਨਿੰਗ ਪਰ ਸਤਿ ਸ੍ਰੀ ਅਕਾਲ ਯਾਦ ਰੱਖਿਓ ਚਾਹੇ ਰਹੋ ਕੈਨੇਡਾ ਅਤੇ ਚਾਹੇ ਰਹੋ ਅਮੈਰੀਕਾ ਪਰ ਆਪਣਾ ਪੰਜਾਬ ਯਾਦ ਰੱਖਿਓ ਪੰਜਾਬ ਇਹ ਪੰਜਾਬੀਆਂ ਦੀ ਹੋਂਦ ਹੈ ਇੱਥੇ ਉਹਨਾਂ ਦੀਆਂ ਜੜ੍ਹਾਂ ਨੇ ਸੋ ਪੰਜਾਬ ਉਹਨਾਂ ਦੀ ਜਾਨ ਹੈ ਜਿੰਦ ਹੈ ਸੋ ਪੰਜਾਬੀਆਂ ਦੇ ਨਾਲ ਅਸੀਂ ਅੱਜ ਅਸੀਂ ਗੱਲ ਕੀਤੀ ਹੈ ਜੀ ਪ੍ਰਿਤਪਾਲ ਜੀ ਨਾਲ ਜੋ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਫ਼ਰ ਵੀ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ ਜਿਸ ਦੇ ਵਿੱਚ ਥੀਏਟਰ ਵੀ ਆਉਂਦਾ ਹੈ ਔਰ ਉਹਨਾਂ ਦਾ ਆਪਣਾ ਖਾਸ ਦਿਹਾਤੀ ਪ੍ਰੋਗਰਾਮ ਜੋ 35-36 ਸਾਲਾਂ ਤੋਂ ਚੱਲ ਰਿਹਾ ਆਖਿਰਕਾਰ ਕੋਈ ਤਾਂ ਉਹਨਾਂ ਵਿੱਚ ਕੋਈ ਐਸੀ ਖਾਸ ਗੱਲ ਹੈ ਜੋ 35-36 ਸਾਲ ਤੋਂ ਉਹ ਆਲ ਇੰਡੀਆ
रेडियो के नाल जुड़े ने ते इस पंजाबी मां बोली के नाल जुड़े ने। सो की कहना चाहते ने साडी यूथ नूं? देखो यूथ साडी समझदार है, अजकल पढ़ी लिखी यूथ आ साडी, इह नहीं हैगा वी असीं अनपढ़ हैगे आ। पर यूथ नूं मैं इहो ही कहना चाहुंदा आ वी देखो काम धंधा कोई छोटा वड्डा नहीं हुंदा। सानूं लगदा देखो फॉरन जाणा इहदे लई वी बहुत पैसा लैणा पैंदा, कई तां अपने खेत वेच दिंदे आ, कई अपने घर के गहना गट्टा वेच के फिर जाते हैं। ये मच बैटर आ भी सरकार तो कोई यहोजा स्कीम जिदा अपने मच्छी पालन का धंधा आ, डेयरी फार्मिंग का धंधा आ, होर भी यहोजे सहायक धंधे है, उन्होंने सरकार समय से लोन दें, उन्होंने सिर्फ सूँ अवेयर होने की लड़ आ कि दें कि मिलता आ, ये जानकारी सू लै लो, साढ़े को माहर बैठे होंगे उन्होंने वो भी जानकारी देंगे। जे असी उन्होंने को जानकारी सही ढंग लैके अपना कोई धंधा रुजगार खोलते हैं तो मैं लगता नहीं भी उत्थ आप कनेडा नाल ज़्यादा इतने भी कमा सकते हैं। सो सानू अपने धंधे समझने की लोड़ आ, काम छोटे वड्डे नहीं समझना चाहिए, काम छोटा वड्डा कोई नहीं हुंदा, काम तो काम हुंदा आ। जे असी काम नू काम समझांगे तो फिर असी तरक्की कर सकते हैं, अदरवाइज नहीं तो फिर आप एक दूजे नू देखते हैं जी वो फलाने को गड्डी आ गई तो मेरे को सैकल आ, फिर तो आप जिंदगी जी नहीं सकते। सो अपने तो छोटे नू देख के जियो, अपने तो उच्चे नू देख के ना जियो, यही आ यूथ नू साढ़े कई शॉर्टकट अपना चाहते हैं भी साढ़े को जल्दी पैसा आ जाए, कई गलत नशे के चले जाते, नशे के दल तक जाते, कोई चोरियां करते, कोई स्नैचिंग का तुम देखा होना अजकल आम रुझान बन बन गया आ। सो ये सारिया चीज़ा नौजवानों को बेनती है भी अपने सहायक धंधे अपना लो, छोटे छोटे काम धंधे खोल लो अपने, रुजगार कोई छोटा वड्डा नहीं हुंदा, बंदे की सोच वड्डी छोटी हुंदी आ। सो मेरा यही है भी अपने किते धंधे अपनाओ, सही जानकारी ले। जाते जाते एक डायलॉग प्लीज कहोजा डायलॉग सुनना चाहोगे जिदा का थानू वधिया लगता है? लो जी कोमल जी गल्लां बातां बहुत हो गई, हुण आपां नूं चलना चाहिए जी। जय हिंद। सो ये इन्हां दी दिहाती प्रोग्राम दी क्लोजिंग, सो जिहड़ी साडी क्लोजिंग है, सो असी तुहाडे नाल मुलाकात करवाई जी उग्गे रंगकर्मी प्रतपाल जी, जो कि शिंगारा सिंह दे नाम तो भी फेमस ने। सो उन्हां दा एक बहुत जिहड़ा खास डायलॉग सी जो उन्होंने आंदिया सुनाया डायलॉग, मैनूं पता तुहानूं भी पसंद आया होएगा। सो इस तरह के खास प्रोग्राम तुहाडे रूबरू लैके आउंदे रहांगे। मैं हाँ कोमल, कैमरामैन विनोद दे नाल सेंट सोल्जर टाइम्स तो, बने रहो जी यूट्यूब इंस्टाग्राम फेसबुक पर।